ਦੋਸਤੋ ਤੁਸੀਂ ਦੇਖਿਆ ਸਾਰੀਆਂ ਚਲਾਕੀਆਂ ਅਤੇ ਹੁਸ਼ਿਆਰੀਆਂ ਬੰਦ ਹੋ ਗਈਆਂ ਹੋਰ ਜਨਾਬ ਫਿਰ ਤੁਸੀਂ ਚੁੱਪੋ ਜੋ ਕਿਵੇਂ ਕਰੋਗੇ ਯੂਥ ਨੂੰ ਸਿੱਧਾ ਉਹਨੂੰ ਕਿਹੜੀ ਯੂਥ ਦੀ ਸਿਰਫ ਗੱਲ ਕਰਦੇ ਹੋ ਤੁਸੀਂ ਜਿਹੜੀ ਪੰਜਾਬ ਅਤੇ ਸਿੰਧ ਵਿੱਚ ਹੈ ਕਬਾਇਲੀ ਸਿਸਟਮ ਚੱਲਦਾ ਪਿਆ ਜਨਾਬ ਸਾਡੇ ਬਹੁਤ ਵੱਡੇ ਇੱਕ ਸੂਬੇ ਵਿੱਚ ਜਿੱਥੋਂ ਦੇ ਲੋਕ ਬੜੇ ਬਹਾਦਰ ਨੇ ਜਿੱਥੋਂ ਦੀ ਯੂਥ ਜਿਹੜੀ ਹੈ ਉਹ ਵੀ ਮੇਰੇ ਵਰਗੀ ਤੁਹਾਡੇ ਵਰਗੀ ਦੂਜੇ ਸੂਬਿਆਂ ਵਰਗੀ ਯੂਥ ਹੈ ਇਹ ਯੂਥ ਹੀ ਵੀ ਨੇ ਲਵੋ ਉਹਨਾਂ ਦਾ ਪੰਗਾ ਇਹਨਾਂ ਦੇ ਨਾਲ ਕਿੱਥੋਂ ਸਿੱਖੇ ਨੇ ਵਿਚਾਰੇ ਜਵਾਨ ਮੁੰਡੇ ਹੈ ਜੀ ਕਿਵੇਂ ਕਲੈਸ਼ਨ ਆਫ ਕਲਚਰ ਆਇਆ ਤੁਸੀਂ ਸਮਝਦੇ ਹੀ ਹੋ ਹੈ ਜੀ ਅਤੇ ਕਿਵੇਂ ਜਾਏਗਾ ਜਿੱਥੇ ਪਹਿਲੇ ਹੀ ਗਨ ਫੜਨਾ ਹੱਥ ਦੇ ਵਿੱਚ ਰਵਾਇਤ ਹੋਵੇ ਉੱਥੇ ਐਡੀ ਸਫਿਸਟੀਕੇਟਡ ਇਕੁਇਪਮੈਂਟ ਤੁਸੀਂ ਅੱਜ ਫੜਾ ਦਿੱਤੇ ਲੋਕਾਂ ਨੂੰ ਕਿੰਨੇ ਫੜਾ ਦਿੱਤੇ ਅਮਰੀਕਾ ਕੀ ਅਤੇ ਫੌਜ ਕੀ ਅਤੇ ਮੁਸਲਿਮ ਉਮਾ ਦੇ ਦੂਜੇ ਅਮਾਇਦੀਨ ਕੀ ਲੱਕ ਭੁਗਤੋ ਕੀ ਇੱਥੇ ਰੂਸ ਨੇ ਆਗੇ ਕਰਨਾ ਹੈ ਅਤੇ ਕੀ ਇੱਥੇ ਅਮਰੀਕਾ ਨੇ ਆਗੇ ਕਰਨਾ ਹੈ ਅਤੇ ਕੀ ਇੱਥੇ ਦੂਜੇ ਸੂਬਿਆਂ ਦੇ ਲੋਕਾਂ ਨੇ ਕਰਨਾ ਹੈ ਅਤੇ ਕੀ ਇਮਰਾਨ ਖਾਨ ਨੇ ਕਰਨਾ ਹੈ ਅਤੇ ਕੀ ਨਵਾਜ਼ ਸ਼ਰੀਫ ਨੇ ਕਰਨਾ ਹੈ ਰਿਸ਼ਾਬਾਦ ਨੇ ਕਰਨਾ ਹੈ ਅਤੇ ਫੌਜ ਨੇ ਕਰਨਾ ਹੈ ਗੱਲ ਇੱਥੋਂ ਨਿਕਲ ਗਈ ਹੈ ਇਹ ਚੇਂਜ ਚੂੰਜ ਫਲਾਨਾ ਟਮਕਾਨਾ ਜਿਹੜਾ ਹਕੂਮਤ ਦੀ ਤਾਂ ਆ ਸਕਦੀ ਹੈ ਲੇਕਿਨ ਕਿਸੇ ਕਲਚਰ ਦੇ ਵਿੱਚੋਂ ਚੀਜ਼ ਕੋਈ ਕੱਢਣਾ ਉਹ ਕੋਈ ਆਸਾਨ ਨਹੀਂ ਹੈ ਇਟਸ ਨਾਟ ਐਨ ਈਜ਼ੀ ਜਾਬ ਪੜ੍ਹੇ ਲਿਖੇ ਲੋਕ ਜਿਹੜੇ ਨੇ ਮੇਰੇ ਵਰਗੇ ਜਲ ਇੰਟਲੈਕਚੁਅਲ ਹਮ ਯੇ ਕਰ ਦੇਂਗੇ ਵੋ ਕਰ ਦੇਂਗੇ ਹਮ ਯੇ ਕਰ ਦੇਂਗੇ ਹਮ ਯੇ ਰਿਫੋਰਮਸ ਲੈ ਆਏਂਗੇ ਯੇ ਐਜੂਕੇਸ਼ਨ ਹੋਗੀ ਯੇ ਬਜਟ ਹੋਗਾ ਲੋ ਜੀ ਕੀ ਹੋਏਗਾ ਭਾਜਨ ਭੁਗਤੋ ਇਹ ਲੱਗ ਜਾਏਗਾ ਭਾਅ ਜੀ ਫਿਰ 100 ਸਾਲ ਹੋਰ ਇਹ ਕਲੈਸ਼ਨ ਆਫ ਕਲਚਰ ਨੂੰ ਖਤਮ ਕਰਦੇ ਕਰਦੇ ਹੈ